ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਭਗਵਾਨਪੁਰ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ, ਕਮਲ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਗਾਵਾਂ ਦਿਖਾਉਣੀਆਂ, ਜਿਨ੍ਹਾਂ ਦੇ ਵਿੱਚ 2 ਗੱਭਣਾ ਅਤੇ 1 ਸੂਈ ਸਵਾਈ ਤੁਹਾਨੂੰ ਦਿਖਾਵਾਂਗੇ। ਸਾਰੀਆਂ ਕਰੋਸ 'ਚ ਆ, ਚੰਗੀ ਫੈਟ ਵਾਲੀਆਂ ਸਾਰੀਆਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾ, ਠੀਕ ਠਾਕ ਜੀ? ਚਲੋ ਵਧੀਆ, ਕਿਰਪਾ ਚਾਹੀਦੀ ਜੀ। ਤੇ ਨਾਮ ਦੱਸ ਦਿਓ ਘਰੀ। ਨਾਮ ਕਮਲ ਜੀ, ਹਾਂਜੀ, ਭਗਵਾਨਪੁਰ, ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਦੇ। ਤੇ ਫੋਨ ਨੰਬਰ ਬੋਲ ਦਿਓ ਘਰੀ। 9151967 84 ਮੇਰਾ ਨੰਬਰ, ਇੱਥੇ ਵਟਸਐਪ ਚੱਲਦਾ ਜੀ। ਠੀਕ ਹੈ ਜੀ, ਤੇ ਮੁਬਾਰਕਾਂ ਫਿਰ ਤੁਹਾਨੂੰ। ਪਿਤਾ ਜੀ ਬਣ ਗਏ ਫਿਰ ਤੁਸੀਂ? ਗੁੜੀ ਆ ਗਈ ਹੈ ਨਾ ਰੱਬ ਦੇ ਧੀਆਂ ਪੁੱਤਰ। ਹਾਂਜੀ ਹਾਂਜੀ ਹਾਂਜੀ, ਇਹਨਾਂ ਨਾਲ ਹੀ ਭਾਰਾ ਵਾ, ਇਹਨਾਂ ਵਾਸਤੇ ਕਰੀਦਾ। ਹਾਂਜੀ ਹਾਂਜੀ, ਕਿੰਨੇ ਦਿਨ ਦੀ ਹੋ ਗਈ ਗੁੜੀਆ ਫਿਰ? ਅੱਜ ਤੀਜੇ ਦਿਨ। ਅੱਛਾ ਜੀ, 3 ਦਿਨ ਹੀ ਹੋਏ ਆ। ਚਲੋ ਅੱਜ ਫਿਰ ਲੇਟ ਕਰ ਦਿਓ ਜੀ, ਅੱਜ ਫਿਰ ਜੀ ਆਫਰ ਹੀ ਲਾ ਦੇਣੀ ਆ, ਪਰ ਵਸੀਆਂ ਵੀ ਚੰਗੀਆਂ। ਠੀਕ ਆ, ਵਸੀਆਂ ਵੇਖ ਕੇ ਰੂਹ ਖੁਸ਼ ਹੋ ਜੂਗੀ। ਠੀਕ ਆ ਜੀ, ਠੀਕ ਆ। ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆਪਾਂ ਜਿਹੜੇ ਪਹਿਲੇ ਨੰਬਰ 'ਤੇ ਹੀ ਬੈਠੇ, ਇੱਦਾਂ ਹੀ ਆਪਾਂ ਕਰਨੀ ਆ। ਤੇ ਮੇਲਾ ਵੀ ਹੁਣ ਆਉਣ ਹੀ ਵਾਲਾ ਫਿਰ ਡੇਰੇ ਬਾਬੇ ਨਾਨਕ ਵਾਲਾ। ਹਾਂਜੀ ਹਾਂਜੀ, ਮੇਲਾ ਆ ਜਾਣਾ 4 ਤਰੀਕ ਨੂੰ ਮੇਲਾ ਵਾ, ਰਹਿ ਗਏ ਚੋਲਾ ਸਾਹਿਬ ਦਾ। ਚੋਲਾ ਸਾਹਿਬ ਦਾ ਹਨਾ, ਥੋੜੇ ਦਿਨ ਹੀ ਰਹਿ ਗਏ ਫਿਰ ਹਨਾ। ਤੇ ਕਿੰਨਾ ਸੂਆ ਸੋਨਾ ਜੀ ਨੇ? ਇਹਨੇ ਪਹਿਲਾ ਸੂਆ ਵੀ ਸੋਨਾ 4 ਦਿਨ ਦੇ ਵਸੀ। ਅੱਛਾ, ਦੁੱਧ 20 ਲੀਟਰ ਭਰ ਜੂ ਗਰੰਟੀ ਨਾਲ। ਪਹਿਲੇ ਸੂਏ, ਪਹਿਲੇ ਸੂਏ ਭਰ ਜੂ। ਇਹਦੇ ਨਾਲ ਦੀ ਵਸੀ ਮੈਂ ਭੂਆ ਦੇ ਮੁੰਡੇ ਨੂੰ ਦਿੱਤੀ ਆ, ਬੇਸ਼ੱਕ ਉਹਦਾ ਨੰਬਰ ਦੇ ਦੂੰਗਾ। ਠੀਕ, ਉਹਨੂੰ ਫੋਨ ਲਾ ਲਿਓ। ਠੀਕ ਹੈ, 24 ਵਸੀ, ਉਹ 24 ਲੀਟਰਾਂ ਚੱਲ ਗਈ, ਪਰ ਸੇਵਾ ਵੀ ਬੜੀ ਉਹ ਮੁੰਡੇ ਦੀ। ਠੀਕ ਹੈ, ਹਾਂਜੀ ਹਾਂਜੀ, 2 ਵਸੀਆਂ ਦਿੱਤੀਆਂ, ਦੋਵੇਂ 1-1 ਕਿਲੋ ਦੇਣ ਦੀ, 1-24 ਕਿਲੋ। ਤੇ ਮੈਂ ਉਹਨੂੰ ਕਹਿ ਕੇ ਦਿੱਤਾ 15-15 ਕਿਲੋ ਦੇ ਦੇਣਗੀਆਂ। ਇੱਕ ਆਪਾਂ ਉਸ ਦਿਨ ਵੀ ਆ ਥੋੜੇ ਕਿਤੇ ਨਾ ਵੀਡੀਓ ਪਾਈ ਸੀ, ਤੁਸੀਂ ਸ਼ਾਇਦ ਵੇਖੀ ਹੋਵੇ, ਗੁਆਂਢ ਦਿੱਤੀ ਸੀ ਸਾਡੇ ਲਾਗੇ ਗਈ ਸੀ, ਉਹ ਵੀ ਉਹਨਾਂ ਨੂੰ 15-16 ਲੀਟਰ ਦੀ ਗਰੰਟੀ ਦਿੱਤੀ, ਤੇ ਉਹ ਵੀ ਕਹਿੰਦੇ 26 ਲੀਟਰ, ਕਿੰਨੇ ਲੀਟਰ? 24 ਲੀਟਰ ਉਹ ਵੀ ਕਹਿੰਦੇ। ਠੀਕ ਹੈ, ਗੱਲ ਤੇ ਸਾਂਭਦੀ ਆ ਨਾ, ਗੱਲ ਸਾਂਭਦੀ। ਹੁਣ ਮੇਰੀ ਗੱਲ ਸੁਣੋ, ਕਹਿਣ ਨੂੰ ਤੇ ਭਾਵੇਂ 30 ਲੀਟਰ ਕਹਿਦਾ, ਹਾਂਜੀ ਹਾਂਜੀ, 15-16 ਲੀਟਰ, 20 ਲੀਟਰ ਦੁੱਧ ਵਾਧੂ ਹੁੰਦਾ। ਬਾਕੀ ਇਹ ਆ ਕਿ ਆਪਾਂ ਅੱਗੇ ਵੀ ਵੀਡੀਓ 'ਚ ਗੱਲ ਕਰੀ ਸੀ ਕਿ ਗੱਭਣ ਪਸ਼ੂ ਦਾ ਦੁੱਧ ਅੰਦਾਜ਼ੇ ਦਾ ਹੁੰਦਾ ਵਾ, ਵੱਧ ਵੀ ਕਰ ਸਕਦੀਆਂ ਤੇ ਘੱਟ ਵੀ ਕਰ ਸਕਦੀਆਂ। ਬਾਕੀ ਜੇ ਕੋ ਸੇਵਾ ਚੰਗੀ ਕਰੂ ਨਾ, ਇਹ ਦੇ ਜਾਂਦੀਆਂ ਆਪਣਾ। ਹਾਂਜੀ ਹਾਂਜੀ, ਬਾਕੀ ਜਿਹੜੇ ਚੰਗੀ ਸਾਂਭ ਕਰਦੇ ਆ ਤੇ ਦੁੱਧ ਵੀ ਚੰਗਾ ਚਵਾਉਂਦੇ, ਬਹੁਤ ਚੰਗੀ ਹੈ ਕ੍ਰੋਸ ਦੇ ਵਿੱਚ ਆ। ਠੀਕ ਹੈ, ਠੰਡੀ ਠੁੰਡੀ ਦੇ ਉਦਾਂ ਵੀ ਬਹੁਤ ਚੰਗੀ ਵਸ਼ੀ, ਚੰਗੀ ਤਿਆਰ ਹੁੰਦੀ ਆ। ਸਾਡੇ ਤਿਆਰ ਵੀ ਹਜੇ ਭਲਾ ਭਲਾ ਹੈਗੀਆਂ ਵਸ਼ੀ ਦੇ, ਭਾਵੇਂ ਆਲਕੋ ਜਿੱਦਾਂ ਮਰਜ਼ੀ ਕਰ ਦੇ। ਠੀਕ ਹੈ ਜੀ, ਖੋਲੋ ਹਾਂ ਫੇ ਤੋਰ ਦਈਏ ਇਹਨੂੰ। ਅਕਸਰ ਭਲਾ ਪੈ ਹੀ ਜਾਂਦੀਆਂ। ਲੈ ਜਾ, ਕੋਈ ਗੱਲ ਨੀ, ਦੁਬਾਰਾ ਇੱਕ ਵਾਰੀ ਫੇਰ ਤੋਰ ਕੇ ਦਿਖਾ ਦਿਆਂਗੇ। ਚਲੋ ਬੰਨ ਹੀ ਦਿਓ ਵੀਰ ਜੀ, ਕੋਈ ਗੱਲ ਨਹੀਂ, ਬੰਨ ਦਿਓ। ਚਲੋ ਲੈ ਆਓ ਫਿਰ, ਆ ਜਾਓ, ਦਿਖਾ ਹੀ ਦਿੰਦੇ ਇੱਕ ਵਾਰੀ ਫਿਰ ਤੋਂ ਤੋਰ ਕੇ। ਉੱਧਰ ਨੂੰ ਥੋੜ੍ਹਾ ਜਿਹਾ ਤੇਜ਼ ਭਜਦੀ ਹੈ, ਇੱਕ ਜਗ੍ਹਾ ਵੀ ਥੱਲੇ ਥੋੜ੍ਹੀ ਤਿਲਕਣ ਵਾਲੀ ਹੈ, ਬਾਕੀ ਥੱਲੇ ਉਹ ਚੰਗੀ ਤਿਆਰ ਹੁੰਦੀ ਹੈ। ਲੈ ਜਾਓ, ਲੈ ਜਾਓ, ਬਾਕੀ ਗੁਆਂਢ ਤੋਂ ਵੀ ਵਸੀ ਲਈ ਆ ਪਿੰਡ ਲਾ ਕੇ, ਤੇ
ਮਤਲਬ ਗੁੱਡੀ ਕੋਈ ਲਟਾਇਆ ਅੰਕਲ, ਹਾਂਜੀ ਉਹਨਾਂ ਕਹਿੰਦੇ ਆਪਾਂ ਨਿੱਕੀ ਜੀ ਪਾਲੀ ਤੇ ਪਲਾਸਟਿਕ ਦੀ ਖੁੱਲੀ ਬਣਾਈ ਟੱਬ ਜਿਹਾ, ਠੀਕ ਆ, ਉਹਦੇ ਬੜਾ ਵਧੀਆ ਜਗਾਰ ਉਹਦਾ ਬਣਾਇਆ, ਕਹਿੰਦੇ ਬੜੀ ਓਰੀਜਨਲ ਪਾਲੀ ਆਪਾਂ ਘਿਓ ਕਰ ਦਿੱਤਾ ਇਹਨੂੰ, ਠੀਕ ਆ, ਉਸ ਤਰ੍ਹਾਂ ਚਲੋ ਸਾਂਭੀ ਸੁੰਭੀ ਚੰਗੀ ਆ, ਵੀ ਚਾਰ ਵਸੀ ਦਿਨ ਚਾਰ ਪੰਜ ਦਿਨ ਲੈ ਲੂ ਪੁੜੇ ਨੀ ਖਿੱਚੂ, ਤੇ ਇਹਦਾ ਮੁੱਲ ਮੁੱਲ ਵੀ ਜੀ ਇਹੋ ਜਿਹੀਆਂ ਵਸੀਆਂ 65,000 ਦੀ ਵੇਚੀਆਂ ਅੱਗੇ, ਹਾਂਜੀ ਦੀਵਾਲੀ ਲੱਗੇ, ਹਾਂਜੀ ਹੁਣ ਆਪਾਂ ਆਫਰ ਹੀ ਲਾਉਣੀ ਅੱਜ, ਜੇ ਆ ਜੀ ਫਿਰ ਕਰ ਦਿਓ, ਹੁਣ ਫੇਰ ਨਹੀਂ ਕਰਨੇ ਉਦਾਂ ਹੀ ਮਤਲਬ, ਅੱਜ ਦੋ ਚੀਜ਼ਾਂ ਹੁਣ ਇਕੱਠੀਆਂ ਵਾ, ਇੱਕ ਮੇਲਾ ਵੀ ਆ ਗਿਆ ਵਾ ਤੇ ਇੱਕ ਚਲੋ ਦੁੱਧ ਵੀ ਪਹਿਲੇ ਸਵੇ 20 ਦੇ ਲੱਗ ਜਿਹੜਾ ਕਹਿੰਦੇ ਆ ਵੀ ਗੱਬਨ ਜੇ, ਹਾਂਜੀ ਦੇਖ ਸਕਦੇ ਲਾਗੇ ਤਾਂ ਇਹ ਕਿੰਨਾ ਕੁ ਚਵਾਈ ਜਾਊਗੀ ਦੁੱਧ, ਇਹ ਵੀ 20 ਕਿਲੋ ਦੁੱਧ ਪੜੂਗੀ, ਤੋਰਦੀ ਹੈ ਫਿਰ ਇਹਨਾਂ ਨੂੰ ਮੈਂ ਦਿਖਾਉਣਾ, ਇਹਦੇ ਵਸ਼ੀ 10 ਦਿਨ ਲੈਣੇ ਇਹ ਥੱਲੇ ਉਹ ਕਿਹੜੀ ਪਾਉਂਦੀ ਵਸ਼ੀ 10 ਦਿਨ, ਅਜੇ ਇਹ ਸੂਏ ਸੁਣੀ ਹੈ ਸ਼ਿੱਗੀ ਆ, ਉਹ ਚੌਕੀ ਆ ਪਹਿਲੇ ਸੂਏ, ਇਹ 6 ਦਾਂ ਦੇ ਦੂਸਰਾ ਸੂਆ ਇਹਦਾ ਹੈਗੀ, ਇਹ ਵੀ ਕ੍ਰੋਸ ਚ ਬੜੀ ਚੰਗੀ ਵਸ਼ੀ ਹੈ ਵੀ, ਇਹ ਵੀ ਦੇਵਾ ਚੰਗਾ ਭਰੂਗੀ, ਆ ਦੇ ਸਕਦੇ ਚੰਗੀ ਭਰਨ ਦੀ ਹੈ ਜੇ ਟਾਈਮ ਖੜਨਾ ਇਹਨੇ, ਚੰਗੀਆਂ ਵਾ, ਠੀਕ ਹੈ ਜੀ, ਹਾਂਜੀ ਹਾਂਜੀ ਕੋਈ ਗੱਲ ਨਹੀਂ, ਤਾਂ ਮਾਰੀ ਦਰਦੀ ਆ, ਤੇ ਹੁਣ ਇੱਕ ਸੂਈ ਸਵਾਈ ਆ ਗਈ, ਹਾਂਜੀ ਇਹ ਸੂਈ ਜੀ ਚੰਗੇ ਕੱਦ ਕਾਠ ਵਾਲੀ ਆ, ਹਾਂਜੀ ਹਾਂਜੀ, ਇਹਨੂੰ ਕਿੰਨਾ ਕੁ ਚਿਰ ਹੋ ਗਿਆ ਜੀ ਵਿਧੀ ਸੂਈ ਨੂੰ, ਇਹਨੂੰ ਵਿਧੀ ਹੋ ਗਏ ਜੀ 7-8 ਦਿਨ, 7-8 ਦਿਨ ਹੋ ਗਏ, ਹਾਂਜੀ ਹਾਂਜੀ ਉਹ ਨਹੀਂ ਹੈਗੀ ਸ਼ਾਹੀ ਵਾਲ ਉਹੋ ਜਿਹੀ ਨਹੀਂ ਆ, ਅੱਛਾ ਮਤਲਬ ਤੁਹਾਨੂੰ ਨਵਾ ਦੇ ਨੂੰ ਲਈ ਜਿੱਦਾਂ ਮਰਜ਼ੀ ਕੋਈ ਨਹੀਂ ਕਰਦੇ ਰਹੋ, ਠੀਕ ਆ, ਕਿੰਨਾ ਦੁੱਧ ਤਿਆਰ ਕਰ ਗਈ ਜੀ, ਦੁੱਧ ਵੀ ਜੀ ਥੱਲੇ ਹੋ ਗਿਆ 13 ਕਿਲੋ ਤਿਆਰ ਆ, ਹਾਂਜੀ ਹਾਂਜੀ ਹਜੇ ਥੋੜਾ ਜਿਹਾ ਮੈਂ ਨਾ ਨੱਠ ਭੱਜ ਹਸਪੀਟਲ ਰਹੇ ਆ, ਹਾਂਜੀ ਹਾਂਜੀ ਨਾਲ ਵੇਖਿਆ ਵੇਖਿਆ ਨਹੀਂ ਗਿਆ, ਠੀਕ ਆ, ਵੀ ਕੱਲ ਹੀ ਲਏ ਆ ਉਹ ਪਰਨੀਆਂ ਗਈਆਂ, ਅੱਛਾ ਤੇ ਇਹ ਮਤਲਬ ਦੁੱਧ ਬਹੁਤਾ ਨਹੀਂ ਤੇ ਮੈਂ 15 ਪਲੱਸ ਦੀ ਗਰੰਟੀ ਦਊ, 16 ਕਰਦੇ 17 ਕਰਦੇ, 15 ਦੇ ਲਾਗੇ ਚਵਾਈ ਜਾਊਗੀ, ਤੁਹਾਨੂੰ ਪਤਾ ਚਿੱਟਾ ਬੜਾ ਹੁੰਦਾ ਇਹਨਾਂ ਦਾ, ਠੀਕ ਆ ਜੀ, ਡਾਲਾ ਵਾ ਤੇ ਇੱਕ ਉਹ ਪਰਲਾ ਥਾਂ ਨਾ ਥੋੜਾ ਜਿਹਾ ਅਗਲਾ, ਹਾਂਜੀ ਕੁਝ ਭੂਰ ਮਾਰਦਾ ਏ, ਅੱਛਾ ਮਤਲਬ ਭੂਰਾ ਮਾਰਦਾ ਥੋੜਾ ਜਿਹਾ, ਦੱਸਣਾ ਚੰਗਾ ਠੰਡੀ ਧੀਰੀ ਆ, ਠੀਕ ਆ, ਬਾਕੀ ਇਹਦਾ ਤੇ ਕਿਉਂਕਿ ਚੰਗੀ ਤਰ੍ਹਾਂ ਵੀਰ ਜੀ ਹੁਣਾਂ ਨੂੰ ਪਤਾ ਹੀ ਆ, 5-7 ਦਿਨ ਹੋ ਗਏ ਆ ਇਹ ਘਰੇ ਆਈ ਨਾ, ਇੱਥੇ ਘਰੇ ਹੀ ਵੀਰ ਜੀ ਉਹਨਾਂ ਦੇ ਸੂਈ ਆ, ਆਹ ਬੱਚਾ ਆ ਤੇ ਉਸ ਤਰ੍ਹਾਂ ਜਿਹੜਾ ਕੱਦ ਕਾਠ ਚੰਗਾ ਵਾ ਇਹਦਾ, ਤੇ ਫੈਟ ਵੀ ਇਹਦੀ ਚੰਗੀ ਆਈ ਜਾਣੀ ਆ,
ਦੁੱਧ ਦਾ ਮੁੱਲ ਹੀ ਗਾਰਲੇ ਦਿਨਾਂ ਚ ਪੈਂਦਾ ਜਦੋਂ ਮੱਛਰ ਮੁੱਛਰ ਹੁੰਦਾ ਸੀ ਸੂਤ ਹੁੰਦਾ ਉਦੋਂ ਦੁੱਧ ਘੱਟਦਾ। ਹਾਂਜੀ ਹਾਂਜੀ ਦੁੱਧ ਦਾ ਤੁਹਾਨੂੰ ਪਤਾ ਮੁੱਲ ਹੁੰਦਾ ਵਾ ਵੀ ਚਲੋ ਤੇ ਕੀ ਰੱਖਣਾ ਦੇਈ ਜਾਏ ਤੇ ਬਥੇਰੇ ਨੋਟ ਬਣੀ ਜਾਂਦੇ। ਹਾਂਜੀ ਹਾਂਜੀ 40,000 ਤੁਹਾਨੂੰ ਕਿਹਾ ਹਾਂ 40,000 ਚ ਦੇ ਦੇਣੀ ਤੇ ਠੀਕ ਹੈ ਫਿਰ ਹੋਰ ਕੁਛ ਕਹਿਣਾ ਹਾਂਜੀ ਵੀਰ ਜੀ ਜਿਹੜੀ ਚੀਜ਼ ਹੈਗੀ ਤੁਹਾਨੂੰ ਦੱਸਦੀ ਆ ਬਾਕੀ ਇਹਨਾਂ ਦੀ ਗਾਰੰਟੀ ਹੋਊ ਬਾਕੀ ਦੋਵੇਂ ਗੱਬਣਾ ਵਾ ਇਹ ਪਾਸ ਕਰਕੇ ਖੜੋ ਤੇ ਸੂਈ ਦੀ ਜਿਹੜੀ ਆਪਣੀ ਤਸੱਲੀ ਕਰਕੇ ਖੜੋ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।